ਪਹਾੜਾਂ ਪਰ ਸਰਾਇਕੀ ਜਾਂਦੇ ਐਵੇਂ ਕਹਿੰਦੇ ਦਰਖਤ ਦੀ ਪਹਾੜਾਂ ਜਾਂ ਪਹਾੜ ਇੱਕ ਦਰਖਤ ਦੇ ਪੌਦੇ ਦੀ ਆਖ ਸਕਦੇ ਤਾਂ ਦੋਸਤਾਨ ਜੀ ਮੁਹਤਸ਼ਮ ਇਹ ਜੜ ਬੁਨਿਆਦ ਅਸਲ ਨਜ਼ਮ ਤੋਂ ਮੁਰਾਦ ਹੈ ਤੇ ਇਹਦਾ ਜਿਹੜਾ ਇਹ ਮੁਰਾਦੀ ਮਨ ਹੈ ਔਰ ਵਨ ਨਜ਼ਮ ਦਾ ਜਿਹੜਾ ਲਫ਼ਜ਼ ਇਸਤੇਮਾਲ ਥੇ ਕੁਰਾਨ ਦੇ ਅੰਦਰ ਸਾਡੇ ਸਾਦਾਤ ਦੀ ਜੱਦ ਮੈਂ ਚੁੱਕੇ ਨਕਵੀ ਬੁਖਾਰੀ ਖਾਨਦਾਨ ਨਾਲ ਹਾਂ ਔਰ ਸਾਰੀ ਜੱਦ ਸਭ ਤੋਂ ਛੇਵਾਂ ਨਾਂ ਅਜ਼ੀਮ ਨਾਂ ਉਤਲੇ ਪਾਸੋਂ ਜਿਹੜਾ ਨਾਂ ਆਉਂਦੇ ਆਇਮਾ ਅਹਲੇ ਬੈਤ ਇਤਿਹਾਰ ਦੇ ਵਿੱਚੋਂ ਆਉਂਦੇ ਹਜ਼ਰਤ ਸੈਯਦਨਾ ਇਮਾਮ ਜਾਫਰ ਸਾਦਿਕ ਅਲੈਹਿ ਸਲਾਮ ਇਹ ਹਜ਼ੂਰ ਸੈਯਦਨਾ ਇਮਾਮ ਬਾਕਰ ਸਿੰਘ ਦੇ ਪੁੱਤਰ ਹਨ ਔਰ ਇਮਾਮ ਅਲੀ ਜ਼ੈਨੁਲ ਆਬਦੀਨ ਜਿਹਨਾਂ ਕੋ ਇਮਾਮ ਸੈਯਦ ਸਾਜਦੀਨ ਆਖਾ ਵੇਂਦੇ ਆਪ ਨਾਂ ਦੇ ਪੋਤਰੇ ਹਨ ਔਰ ਕੁਰਬਾਨ ਵਜਾ ਮੇਰੇ ਇਮਾਮ ਹੁਸੈਨ ਅਲੈਹਿ ਸਲਾਮ ਦੇ ਪੜ ਪੋਤਰੇ ਹਨ ਆਪ ਫਰਮੈਨ ਇਨ ਵਨ ਨਜਮ ਤੋ ਮੁਰਾਦ ਜ਼ਾਤ ਮੁਹੰਮਦ ਮੁਸਤਫਾ ਹੈ ਹਾਏ ਹਾਏ ਸੁਭਾਨ ਅੱਲਾਹ ਅਗਰ ਭਈ ਨਾ ਚੁੱਕ ਦਾ ਥੋੜਾ ਤਵੱਜੋ ਕਰਾਏ ਨਜਮ ਦਾ ਮਾਨਾ ਕੀ ਹੈ ਸਾਮੀ ਜੜ ਸਾਬਾ ਜ਼ਿੰਦਾਬਾਦ ਹਾਜ਼ਰ ਦਿਮਾਗ ਬੈਠੇ ਅੱਲਾਹ ਤੋ ਸਲਾਮਤ ਰੱਖੇ ਜੜ ਦਾ ਮਾਨਾ ਕੀ ਹੈ ਜੜ ਇਹ ਨਜਮ ਦਾ ਮਾਨਾ ਹੈ ਜੜ ਬੁਨਿਆਦ ਅਸਲ ਔਰ ਹਜ਼ਰਤ ਇਮਾਮ ਜਾਫਰ ਸੈਦ ਸਹੀ ਨੇ ਅਲੈਹ ਸਲਾਤੁ ਵਸਲਾਮ ਆਪਨੇ ਨਜਮ ਦਾ ਮਾਨਾ ਕੀ ਫਰਮਾਇਆ ਜ਼ਾਤ ਮੁਹੰਮਦ ਮੁਸਤਫਾ ਵਾਹ ਸਮਝ ਨਹੀਂ ਆਈ ਜੜ ਦਾ ਅਸਲ ਮਾਨਾ ਤਾਂ ਹੈ ਨਜਮ ਦਾ ਅਸਲ ਮਾਨਾ ਤਾਂ ਹੈ ਜੜ ਬੁਨਿਆਦ ਇਮਾਮ ਜਾਫਰ ਸਾਦਿਕ ਸਹੀ ਨੇ ਕਿਉਂ ਫਰਮਾਇਆ ਕਿ ਨਜਮ ਮੁਸਤ ਮੁਰਾਦ ਜ਼ਾਤ ਮੁਹੰਮਦ ਮੁਸਤਫਾ ਹੈ ਤਾਂ ਦੋਸਤਾਨ ਜੀ ਮੁਤਸ਼ਮ ਇਹਦਾ ਇਤਲਾਕ ਜ਼ਾਤ ਮੁਹੰਮਦ ਮੁਸਤਫਾ ਤੇ ਕਿਵੇਂ ਥੀ ਸੀ ਦੇਖੋ ਅਰਬੀ ਦੇ ਵਿੱਚ ਨਜਮ ਫਨ ਹਦੀਸ ਸਮਝਣ ਵਾਲੇ ਅਹਬਾਬ ਇਹ ਚੀਜ਼ ਨੂੰ ਬਿਹਤਰ ਸਮਝਦੇ ਕਿ ਜਿਹੜੇ ਹਦੀਸ ਕੋਈ ਪੜ੍ਹਦੇ ਪੜ੍ਹੇ ਪੜਾਉਣ ਵਾਲੇ ਅਹਬਾਬ ਕੋਈ ਐਸੀ ਹਦੀਸ ਸਾਹਮਣੇ ਆ ਬਣੇ ਜਿਹਦੀ ਅਸਲ ਕੋਈ ਮੌਜੂਦ ਨਾ ਹੋਵੇ ਕੋਈ ਜੜ ਬੁਨਿਆਦ ਮਜ਼ਬੂਤ ਨਾ ਹੋਵੇ ਉਹਦੇ ਨਾਲ ਖਵੇਂ ਦੇ ਹਾਜ਼ਰ ਹਦੀਸ ਹੋਲਾ ਨਜਮ ਲਾ ਹੋ ऐसा कोई काम जेदी कोई बुनियाद ना होवे जेदी कोई असल ना होवे कोई जड़ ना होवे उंदे बारे च आखा वेंदे हाजल अमरो ना नजम रहो ऐसा काम जेदी कोई असल नहीं बुनियाद नहीं जड़ नहीं त भाई अगर नजम तो मुराद जड़ है तवल अल्लाह ने कुरान में मुस्तफा को नजम क्यों आखे तवज्जो कराए अल्लाह फरमावणा चांदा सोणिया ए पूरी कायनात बणाई नी درختاں دی کلی پوری کائنات بنائی نی پتیاں دی کلی پوری کائنات بنائی نی پھلاں دی کلی پوری کائنات بنائی نی پھلاں دی کلی पूरी कायनात बनी हुई शाखा दी कली पूरी कायनात बनी हुई टहनियां दी कली लेकिन पूरी कायनात दी असल और जड़ अगर कहे हस्ती को बनाई तो मोहम्मद मुस्तफा तेरे वजूद को ई वास्ते तो नारा तकबीर नारा रिसालत नारा हैदरी मिलाद मुस्तफा जिंदाबाद ई वास्ते तो नाज समझ आंदी पई है सुभान अल्लाह और तू क्या पास पता चला लामा साहब तारी वसातत नाल मजमे को मैं तवज्जो नहीं वेंदा पिया के ई तो क्या मुराद है के नज अल्लाह ने हुजूर को क्यों फरमाए के हुजूर पूरी कायनात दी असल है पूरी कायनात दी जड़ है पूरी कायनात दी बुनियाद है अच्छा सही हुजूर क्या है नजमे कायनात क्या है सही नजमे कायनात हुजूर क्या है सही बोलो चा नजमे कायनात हुजूर नजमे कायनात है पूरी कायनात दी असल है अच्छा कोई अक्लमंद बंदा जो उठे आख रहे मियां सामने कोई दरख्त खड़े दरख्त सलामत है पर जड़ सुख गई है पुजे नहीं वे यार अल्लाह करे मैं जब पूछावणा चाहना तो पहुंच वणा साहिब जीरा के इंसान अकीदे दा पुख्ता बंदा मेरी गाल